ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੈਨੇਡਾ ਚੋਂ ਟਰੂਡੋ ਵੱਲੋਂ ਵੋਟਾਂ ਤੇ ਖੜੀ ਹੋ ਰਹੀ ਇਹ ਕੁੜੀ ਹੈ ਇਸ ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਦੀ ਮੰਗੇਤਰ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰ ਸਭ ਤੋਂ ਪਹਿਲਾਂ ਉਸ ਗਾਇਕ ਦੀ ਮੰਗੇਤਰ ਦੀ ਦਿਖਾ ਦਿੰਨੇ ਆ ਜਿਹੜੀ ਜਸਟਨ ਟਰੂਡੋ ਵੱਲੋਂ ਵੋਟਾਂ ਦੇ ਵਿੱਚ ਕੈਨੇਡਾ ਦੇ ਵਿੱਚ ਇਲੈਕਸ਼ਨ ਲੜ ਰਹੀ ਆ ਸੋ ਦੋਸਤੋ ਹੁਣ ਜਾਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਉਸ ਗਾਇਕ ਦੇ ਨਾਲ ਤਸਵੀਰ ਦਿਖਾ ਦਿੰਨੇ ਆ ਜੀ ਤੁਸੀਂ ਇਸ ਤਸਵੀਰ ਨੂੰ ਦੇਖ ਸਕਦੇ ਹੋ ਪਰਮੀਸ਼ ਵਰਮਾ ਸੋ ਜਿਨ੍ਹਾਂ ਦੀ ਮੰਗੇਤਰ ਆ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅੰਤ ਦੇ ਤੱਕ ਦੇਖਦੇ ਰਹੋਗੇ ਤਾਂ ਤੁਹਾਨੂੰ ਪੂਰੀ ਖਬਰ ਦਾ ਜਿਹੜਾ ਪਤਾ ਲੱਗ ਜਾਵੇਗਾ ਸੋ ਤਸਵੀਰ ਤੁਸੀਂ ਪਰਮੀਸ਼ ਵਰਮਾ ਦੇ ਨਾਲ ਉਹਨਾਂ ਦੀ ਦੇਖ ਸਕਦੇ ਹੋ ਪੰਜਾਬੀ ਗਾਇਕ ਦੀ ਇਸ ਮੰਗੇਤਰ ਦੇ ਬਾਰੇ ਖਬਰ ਸਾਹਮਣੇ ਆਈ ਹੈ ਜੋ ਕੈਨੇਡਾ ਵਿੱਚ ਟਰੂਡੋ ਵੱਲੋਂ ਵੋਟਾਂ ਤੇ ਖੜੀ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਸਿੱਧ ਗਾਇਕ ਅਦਾਕਾਰ ਪਰਮੇਸ਼ਰ ਵਰਮਾ ਨੇ ਦਿਨੀਂ ਚਰਚਾ ਦੇ ਵਿੱਚ ਬਣੇ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਮੰਗੇਤਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸੰਸਦ ਮੈਂਬਰਾਂ ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਹੀ ਹੈ। ਤਸਵੀਰ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਪੰਜਾਬੀ ਗਾਇਕ ਪਰਮੇਸ਼ਵਰਮਾ ਵੱਲੋਂ ਆਪਣੀ ਮੰਗੇਤਰ ਨੂੰ ਵਧਾਈ ਦਿੱਤੀ ਗਈ ਉੱਤੇ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਪਰਮੇਸ਼ਵਰਮਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹਨਾਂ ਤਸਵੀਰਾਂ ਤੇ ਪੋਸਟਰ ਵੱਖ-ਵੱਖ ਪੰਜਾਬੀ ਕਲਾਕਾਰਾਂ ਵੱਲੋਂ ਖੁਸ਼ੀ ਦੇ ਵਿੱਚ ਸਾਂਝੇ ਕਰਦੇ ਹੋਏ ਕਮੈਂਟ ਕੀਤੇ ਜਾ ਰਹੇ ਹਨ ਤਸਵੀਰ ਤੁਸੀਂ ਉਹਨਾਂ ਦੀ ਪਰਮੇਸ਼ਵਰਮਾ ਨਾਲ ਦੇਖ ਸਕਦੇ ਹੋ ਪਰਮੇਸ਼ਵਰਮਾ ਦੇ ਵੱਲੋਂ ਪੋਸਟ ਵਿੱਚ ਲਿਖਿਆ ਗਿਆ ਕਿ ਮੈਨੂੰ ਆਪਣੇ ਜੀਵਨ ਸਾਥੀ ਉੱਪਰ ਬਹੁਤ ਮਾਣ ਹੈ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਲਿਬਰਨ ਪਾਰਟੀ ਲਈ ਨਾਮਿਨੇਸ਼ਨ ਜਿੱਤਨ ਤੇ ਵਧਾਈ ਦਿੰਦਾ ਹਾਂ ਉੱਤੇ ਹੀ ਕਿਹਾ ਹੈ ਕਿ ਮੈਂ ਹਰ ਮੌਕੇ ਤੇ ਤੁਹਾਡੇ ਨਾਲ ਹਾਂ ਅਗਲੇ ਸੰਸਦ ਮੈਂਬਰ ਵਜੋਂ ਤੁਹਾਨੂੰ ਦੇਖਣ ਦੀ ਉਡੀਕ ਕਰ ਰਿਹਾ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੇਸ਼ਰ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਰਹਿ ਰਹੀ ਹੈ ਤਸਵੀਰ ਤੁਸੀਂ ਗੀਤ ਗਰੇਵਾਲ ਦੀ ਦੇਖ ਸਕਦੇ ਹੋ ਧੰਨਵਾਦ